ਸਤਿ ਸ਼੍ਰੀ ਅਕਾਲ ਦੋਸਤੋ, ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਇਸ ਸੂਬੇ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖਬਰ, ਹੁਣ ਮਿਲੇਗੀ 4000 ਰੁਪਏ ਮਹੀਨਾ ਪੈਨਸ਼ਨ। ਸੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਵੀਡੀਓ ਨੂੰ ਅੰਤ ਤੱਕ ਦੇਖ ਲਿਓ, ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ। ਵੀਡੀਓ ਨੂੰ ਲਾਈਕ, ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ। ਜੇਕਰ ਤੁਸੀਂ ਵੀ ਸਰਕਾਰ ਤੋਂ 4000 ਰੁਪਏ ਮਹੀਨਾ ਪੈਨਸ਼ਨ ਲੈਣਾ ਚਾਹੁੰਦੇ ਹੋ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਯੈਸ ਲਿਖ ਸਕਦੇ ਹੋ। ਅਮਰਾਵਤੀ ਤੋਂ ਖਬਰ ਆ ਰਹੀ ਹੈ ਜੀ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰ ਬਾਬੂ ਨਾਇਡੂ ਨੇ ਸੋਮਵਾਰ ਨੂੰ ਗੰਟੂਰੂ ਜ਼ਿਲ੍ਹੇ ਦੇ ਪੇਮਨੂ ਕਾਮਾ ਵਿੱਚ ਨਵੀਂ NDA ਸਰਕਾਰ ਦੇ ਪਹਿਲੇ ਪੈਨਸ਼ਨ ਵੰਡ ਸਮਾਰੋਹ ਵਿੱਚ ਹਿੱਸਾ ਲਿਆ। TDP ਭਾਰਤੀ ਜਨਤਾ ਪਾਰਟੀ ਅਤੇ ਜਨ ਸੈਨਾ ਦੀ ਰਾਸ਼ਟਰੀ ਜਮਰੂਹੀ ਗੱਠਜੋੜ ਸਰਕਾਰ ਨੇ ਪੈਨਸ਼ਨ ਸਕੀਮ ਰਾਸ਼ੀ ਨੂੰ ਵਧਾ ਕੇ 4000 ਰੁਪਏ ਮਹੀਨਾ ਕਰ ਦਿੱਤਾ, ਜੋ ਪਿਛਲੀ UN ਸਮਾਰਕਾ ਰਿਸ਼ਿਵ ਕਾਂਗਰਸ ਪਾਰਟੀ ਦੇ ਵੱਲੋਂ ਸਰਕਾਰ ਦੇ ਵੱਲੋਂ 3000 ਰੁਪਏ ਪ੍ਰਤੀ ਮਹੀਨਾ ਸੀ। ਇਸ ਦਾ ਨਾਲ ਹੀ ਇਸਦਾ ਨਾਮ ਬਦਲ ਕੇ NTR ਭਰੋਸਾ ਸੋਸ਼ਲ ਪੈਨਸ਼ਨ ਕਰ ਦਿੱਤਾ ਗਿਆ। ਪ੍ਰੋਗਰਾਮ ਤਹਿਤ ਮੁੱਖ ਮੰਤਰੀ ਨੇ ਇੱਕ ਲਾਭਪਾਤਰੀ ਦੇ ਘਰ ਜਾ ਕੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਉਸ ਤੋਂ ਬਾਅਦ 3 ਲਾਭਪਾਤਰੀਆਂ ਨੂੰ ਪੈਨਸ਼ਨ ਦੀ ਰਾਸ਼ੀ ਵੰਡੀ। ਨੋਇਡੂ ਨੇ ਲਾਭਪਾਤਰੀ ਪਰਿਵਾਰਾਂ ਨੂੰ ਕਿਹਾ, ਮੈਂ ਤੁਹਾਡੇ ਹਰ ਇੱਕ ਘਰ ਮਨਜ਼ੂਰ ਕਰ ਰਿਹਾ ਹਾਂ, ਤੁਹਾਡੇ ਲਈ ਇੱਕ ਨਵਾਂ ਘਰ ਬਣਾਵਾਂਗੇ।